माशाल्लाह अस्सलाम वालेकुम मेरे प्यारे मोमिन, कहते हैं ठीक हो? सुबह सुबह ठीक है। अल्लाह पाक की इबादत कितनी करो, अल्लाह पाक की इबादत करना बहुत बहुत जरूरी है। कुरान पाक की तलावत कितनी करो, अल्लाह तन पंच पाक की नमाज माशाल्लाह वेख धोन दिया कोई नहीं। हाँ जी माशाल्लाह सुबह सुबह खाला भी जा रहा है। हाँ जी तो मैं जा रही हूँ अज मन दो। हाँ जी तो वेख माशाल्लाह चिड़िया मेरी पांदे नहीं होंगे। हाँ जी तो सेम चल टाइम पका आटा गोल उठी क्या आगे बिस्तरे च ਮਾਈ ਅੱਜ ਫੜਨ ਕੋਈ ਨਹੀਂ ਗਿਆ ਮਸੀਤੇ ਪਿਛਲੇ ਬਾਰ ਜਾਂਦਾ ਹੀ ਜਾਂਦਾ ਜਾਂਦਾ ਜੀ ਠੰਡ ਹੁੰਦੀ ਨਾਲੇ ਧੁੰਦ ਬਹੁਤ ਕੰਮ ਕੱਲਾ ਆਉਂਦਾ ਤਾਂ ਨਹੀਂ ਜਾਂਦਾ ਡਰਦਾ ਹੋਇਆ ਨਾਲੇ ਕੋਈ ਕੁੱਤੇ ਆਉਂਦੇ ਨਾ ਤਾਂ ਨਹੀਂ ਵਜਾ ਨਾਲ ਮੋੜ ਡਰ ਕੇ ਤੇ ਮੋੜ ਉੱਥੇ ਜਾ ਕੇ ਹੁੰਦਾ ਤੇ ਪਿਛਲੇ ਬਾਰ ਜਾਂਦਾ ਜ਼ਰੂਰ ਜਾਂਦਾ ਪਿਛਲੇ ਪੈ ਲੰਮੀ ਰੋਟੀ ਬਣਾਉਂਦੀ ਪਈ ਹਾਂਜੀ ਮਿਰਚਾਂ ਕੁੱਟ ਰਹੀ ਸੀ ਬਣਾਉਂਦੀ ਪਈ ਹੈ ਰਾਤ ਨਹੀਂ ਬਲਦੀ ਪਈ ਨਾ ਤਾਂ ਮੈਂ ਹੁਣ ਤੇ ਕਪਾ ਲੈਣੀ ਹਾਂ ਹਾਂ ਅਰੇ ਤਾਗਾ ਤੋਂ ਬਹੁਤ ਘੱਟੇ ਬੈਠੀ ਹਾਂ ਬੜਾ ਮੋੜ ਵਿੱਚ ਜਣਾ ਕਪਾਈ ਖੜੀ ਆ ਗਈ ਸਾਡੇ ਕੋਲ ਖਰਚਾ ਹੀ ਕੋਈ ਨੀ ਜੇ ਉਹਨਾਂ ਦਿੱਤਾ ਜਾ ਤਾਂ ਨੁਕਸਾਨ ਫਿਰ ਜਾਵੇ ਆਪ ਲੈ ਲਈ ਬਣਾ ਰੱਖੀ ਨਾ ਸੁਬਹ ਸੁਬਹ ਖੇਡਦੇ ਫਿਰ ਹਾਂਜੀ ਕਿਆ ਕਰੀ ਤੇ ਮੈਂ ਦੋਵਾਂ ਬਰਤਨ ਹਾਂਜੀ ਤੇ ਹੈਦਰ ਭਾਈ ਸੋਰ ਚੁੱਟ ਕੇ ਆ ਗਿਆ ਹਾਂਜੀ ਮੈਂ ਕਿਹਾ ਤੁਹਾਡੇ ਹੱਥ ਮੇਰੇ ਜਾਲੇ ਛੁੜ ਵਾਲੇ ਲਾ ਲੈ ਮੇਰੇ ਜਾਲੇ ਜੁੜ ਪੈ ਨਿਹੜੇ ਦੇ ਵਾਲਾ ਨਾ ਵੇਖ ਤੇ ਅੰਮੀ ਲੱਕੜ ਛੁੱਕੜ ਦੇ ਗਈ ਤੇ ਅੱਜ ਮੈਂ ਪਾਣੀ ਉਬਲਣ ਰੱਖਿਆ ਹੋਇਆ ਹਾਂਜੀ ਤੇ ਮੈਂ ਦੋਨਾਂ ਪੈਰ ਮੇਰੇ ਪੈਰ ਬਹੁਤ ਪੀਟ ਕਰਦੇ ਔਰ ਥੱਲੇ ਵੱਡੀਆਂ ਜੀ ਜਿਹੜੀਆਂ ਨਾ ਪੱਕੀਆਂ ਖਲੋਤੀਆਂ ਹਾਂਜੀ ਤਾਂ ਇਸ ਦਿਨ ਜਿਹੜੀ ਮਿਰਚਾਂ ਕੁੱਟੇ ਉਹ ਪਈਆਂ ਹੋਈਆਂ ਫਿਰ ਚਲੋ ਸ਼ਾਮੀ ਖਾ ਅੱਜ ਆਇਆ ਸੀ ਉਹ ਬਣਾ ਸ਼ਾਲਾ ਚਾਵਲ ਬਣਾਉਂਦੇ ਪੈਣ ਮਟਰਾਂ ਵਾਲੇ ਅਤੇ ਉਹ ਮਸਾਲਾ ਕੁੱਟਿਆ ਪਿਆ ਤਾਂ ਉਹ ਚਾਵਲ ਪੈਣ ਹਾਂਜੀ ਅੱਜ ਅਸੀਂ ਆਇਆ ਸੀ ਅਤੇ ਹੈਦਰ ਮਾਸ਼ਾਲਾ ਪਕਾਉਂਦਾ ਪਿਆ ਹੈਦਰ ਟਿਕਰਾ ਰਲ ਕੇ ਹਾਂ ਸਾਡੇ ਚਾਵਲ ਤਿਆਰ ਹੋ ਗਏ ਹਾਂਜੀ ਅਤੇ ਆਪੇ ਗਈ ਹੋਈ ਉਦੋਂ ਸੂਟ ਚਾਵਲ ਅਤੇ ਮੇਲਾ ਆਇਆ ਖਲੋਤਣ ਜਾਵੇ ਹਾਂਜੀ ਹਾਂਜੀ ਤੋ ਵੀ ਹੁਣ ਚਲੇ ਗਏ ਉਹਨਾਂ ਚਲੋ ਮੁਣ ਕੇ ਦੇਸਾਂ ਤੇ ਮੁਣ ਦੇਸਾਂ ਮੈਂ ਰੋਟੀ ਛੁੱਟੀ ਸਭ ਪਕਾ ਕੇ ਖਾ ਖੁੱਲੇ ਹਾਂਜੀ ਤਾਂ ਮਾਸ਼ਾਲਾ ਸ਼ਾਮ ਕਾਫ ਹੈ ਤਾਂ ਮੈਂ ਪੱਟ ਲੈਂਦੇ ਆਪ ਸਿੱਧਰ ਉਹਦੀ ਘਰ ਵੱਗ ਗਏ ਹਾਂਜੀ ਮਾਸ਼ਾਲਾ ਵੇਖ ਸ਼ਾਮ ਕਾਫ ਹੈ ਕਿ ਬੱਚਾ ਵੇਖ ਕੱਪੜੇ ਨੂੰ ਵਗੇ ਜਾਂਦੇ ਹਾਂਜੀ ਆ ਵੇਖ ਮਾਸ਼ਾਲਾ ਅੱਜ ਵੇਖ ਤੇ ਆ ਮਾਸ਼ਾਲਾ ਕਣਕ ਹਾਂਜੀ ਤਾਂ ਅੱਜ ਸਾਡੇ ਇਤਨਾ ਵੀ ਲੋਕ ਸਾਡੀ ਵੀਡੀਓ ਲਾਇਕ ਸ਼ੇਅਰ ਸਬਸਕ੍ਰਾਈਬ ਤੱਕ ਤੁਹਾਡੀ ਮਿਹਨਤ ਸੱਚਾ ਨੇ ਬਣਾਇਆ ਹਾਂਜੀ ਸਾਡੀ ਵੀਡੀਓ ਮੁਕੰਮਲ ਵੇਖੀ ਕਰੋ ਤਾਂ ਅੱਜ ਦੇ ਵਲੋਗ ਤੱਕ ਜਨੇ ਇਜਾਜ਼ਤ ਇਜਾਜ਼ਤ